ਜਿਹੜਾ ਸਾਡੇ SSP ਸ਼੍ਰੀ ਨਵਜੋਤ ਸਿੰਘ ਮਾਲ ਜਿਹੜੇ ਹੁਸ਼ਿਆਰਪੁਰ SSP ਲੱਗੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਜਿਹੜੇ ਆ ਰੋਜ਼ਾਨਾ ਹੀ ਅਸੀਂ ਦੇਖਦੇ ਹਾਂ ਕਿ ਨੌਜਵਾਨਾਂ ਦੀ ਇੱਕ ਰੁਝੇਵਾਂ ਵੱਧਦਾ ਜਾ ਰਿਹਾ ਕਿ ਹਰ ਕੋਈ ਆਪਣੀ ਪਿਸਤੌਲ ਲੈ ਕੇ ਇੱਕ ਇਲੀਗਲ ਪਿਸਤੌਲ ਰੱਖ ਕੇ ਸਮਾਜ ਦੇ ਵਿੱਚ ਇੱਕ ਪੈਨਿਕ ਜਿਹੜੇ ਰੋਜ਼ ਹੀ ਫੈਲਾਉਂਦੇ ਆ। ਅਤੇ ਸਾਡੇ SSP ਸਾਹਿਬ ਦੀ ਦਿਸ਼ਾ ਨਿਰਦੇਸ਼ 'ਤੇ ਕੱਲ੍ਹ ਸਾਡੀ ਇੱਕ ਪੁਲਿਸ ਪਾਰਟੀ ਜਿਹੜੀ ਟਾਂਡਾ ਏਰੀਆ ਵਿੱਚ ਘੁੰਮ ਰਹੀ ਸੀ ਜਿਨ੍ਹਾਂ ਦੀ ਅਗਵਾਈ ASI ਮਹੇਸ਼ ਚੰਦਰ ਕਰ ਰਿਹਾ ਸੀ। ਦੌਰਾਨੇ ਜਦੋਂ ਉਹਨਾਂ ਨੇ ਕੁਝ ਚੈਕਿੰਗ ਕਰ ਰਹੇ ਸੀ ਤਾਂ ਦੋ ਨੌਜਵਾਨ ਜਿਹੜੇ ਆ ਮੋਟਰਸਾਈਕਲ 'ਤੇ ਆਏ ਆ ਜਿਹੜੇ ਕਿ ਪੁਲਿਸ ਨੂੰ ਦੇਖ ਕੇ ਜਿਹੜੇ ਆ ਉਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਾਡੇ ਏਸ਼ੀਆ ਮਹੇਸ਼ ਚੰਦਰ ਦੀ ਪੁਲਿਸ ਪਾਰਟੀ ਨੇ ਉਹਨਾਂ ਨੂੰ ਕਾਬੂ ਜਦੋਂ ਕੀਤਾ ਤਾਂ ਨੌਜਵਾਨਾਂ ਨੂੰ ਚੈੱਕ ਕਰਨ 'ਤੇ ਉਹਨਾਂ ਕੋਲੋਂ ਦੋਨਾਂ ਕੋਲੋਂ ਜਿਹੜੇ ਆ ਉਹ 32 ਬੋਰ ਦੇ ਪਿਸਟਲ ਪਲੱਸ ਉਹਨਾਂ ਕੋਲ 10 ਕਾਰਟਰੇਜ ਜਿਹੜੇ ਆ ਉਹਨਾਂ ਕੋਲ ਬਰਾਮਦ ਹੋਇਆ। ਜਿਹੜਾ ਕਿ ਇੱਕ ਨੌਜਵਾਨ ਜਿਹੜਾ ਸੁਖਵਿੰਦਰ ਸਿੰਘ ਲਾਲੀ ਹੈ ਇਹ ਵੀ ਕਾਲਜ 'ਚ ਪੜ੍ਹਦਾ ਜਿਹਦੀ ਉਮਰ 21 ਸਾਲ ਹੈ ਅਤੇ ਇੱਕ ਨੌਜਵਾਨ ਜਿਹੜਾ ਮੁੰਡਾ ਨਿਤਿਸ਼ ਕੁਮਾਰ ਜਿਹੜਾ ਲਾਲੀ ਇਹ ਹੈਗਾ ਆ ਸਰਾਂ ਪਿੰਡ ਦਾ ਰਹਿਣ ਵਾਲਾ ਇਹ ਵੀ 19 ਸਾਲ ਦਾ ਮੁੰਡਾ। ਅਤੇ ਇਹਨਾਂ ਦੀ ਚੈੱਕ ਕਰਨ ਤੋਂ ਬਾਅਦ ਜਿਹੜੇ ਸਾਨੂੰ ਇਹਨਾਂ ਦੇ ਕੋਲੋਂ ਪਿਸਟਲ ਜਿਹੜੇ ਮਿਲੇ ਆ ਬਰਾਮਦ ਹੋਇਆ ਜੀ। ਸਰ ਸੁਖਵਿੰਦਰ ਸਿੰਘ ਲਾਲੀ ਕੋਈ ਪ੍ਰਧਾਨ ਵੀ ਹੈ ਸਰ? ਜਿਹੜੇ ਕਾਲਜ ਪੜ੍ਹਦੇ ਆ ਇਹ ਪ੍ਰਧਾਨਗੀ ਇਹਦੇ ਕੋਲ ਹੈ। ਅਤੇ ਸਰ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਊਂਡ ਨਹੀਂ? ਹਜੇ ਇਹਨਾਂ ਦਾ ਕੋਈ ਕ੍ਰਿਮੀਨਲ ਬੈਕਗ੍ਰਾਊਂਡ ਕੋਈ ਨਹੀਂ ਹੈ ਲੇਕਿਨ ਇਹ ਸ਼ੁਰੂਆਤ ਹੀ ਸੀਗੀ। ਸ਼ੁਰੂਆਤ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਜਿਹੜਾ ਇੱਥੇ ਇਹਨਾਂ ਦੀ ਜਿਹੜੀ ਬੈਡ ਕੰਪਨੀ ਜਿਹੜੀ ਇਹਨਾਂ ਅਟੈਂਡ ਕੀਤੀ ਆ ਉਹਨਾਂ ਨੂੰ ਅਸੀਂ ਦਵਾਇਆ ਗਿਆ। ਸਰ ਆਮ ਤੌਰ 'ਤੇ ਦੇਖਿਆ ਜਾਂਦਾ ਵੀ ਵੈਪਨਸ ਫੜੇ ਜਾਂਦੇ ਆ ਉਸ ਤੋਂ ਬਾਅਦ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਪਰ ਇਹਨਾਂ ਦੀ ਪਿਛੋਕੜ ਨਹੀਂ ਪਤਾ ਕੀਤਾ ਜਾਂਦਾ ਵੀ ਕਿੱਥੋਂ ਲਿਆਂਦੇ ਜਾਂਦੇ। ਲੱਗਦਾ ਵੀ ਤੁਸੀਂ ਇਹਦੇ ਪਿਛੋਕੜ ਤੱਕ ਜਾਓਗੇ? ਬਿਲਕੁਲ ਜੀ, ਸਾਡੇ ਜਿਹੜੇ SSP ਨਵਜੋਤ ਸਿੰਘ ਮਾਲ 'ਚ ਲੱਗੇ ਨੇ ਜਿੰਨੇ ਵੀ ਅੱਜ ਤੱਕ ਉਹਨੇ ਇੱਥੇ ਕੇਸ ਦਿੱਤੇ ਅਸੀਂ ਪਿਛੋਕੜ ਤੱਕ ਹੀ ਗਏ ਔਰ ਕਾਫੀ ਤੁਹਾਨੂੰ ਇੱਥੇ ਦੱਸਿਆ ਗਿਆ ਅਸੀਂ ਜਿਹੜੇ ਵੈਪਨ ਦੇ ਸਪਲਾਇਰ ਹੈ ਉਹਨਾਂ ਨੂੰ ਵੀ ਅਸੀਂ ਕਾਬੂ ਕੀਤਾ, ਪਹਿਲਾਂ ਵੀ ਕੀਤਾ ਅਤੇ ਹੁਣ ਵੀ ਕਰਾਂਗੇ। ਇਹਨਾਂ ਵਿੱਚ ਸਾਹਮਣੇ ਆਇਆ ਵੀ ਕਿੱਥੋਂ ਖਰੀਦੇ ਸੀ? ਬਿਲਕੁਲ ਜੀ, ਇਹਨਾਂ 'ਚ ਵੀ ਸਾਹਮਣੇ ਇੱਕ ਹਰਪ੍ਰੀਤ ਨੌਜਵਾਨ ਦਾ ਨਾਮ ਮੁੰਡਾ ਆ ਉਹਦਾ ਅਸੀਂ ਘਰੇ ਰੇਡ ਕੀਤਾ, ਉਹ ਘਰੋਂ ਇਸ ਵੇਲੇ ਭੱਜਿਆ ਆ ਲੇਕਿਨ ਅਸੀਂ ਉਹਨੂੰ ਜ਼ਰੂਰ ਫੜਾਂਗੇ ਜੀ।